ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਕ੍ਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਵਿੱਚ ਕਲਰਕਾਂ ਦੀ ਰਕ੍ਰੂਟਮੈਂਟ ਦੇ ਰਿਲੇਟਡ ਆਪ ਜਿਹੜੀ ਹੈ ਜੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਔਰ ਬਿਲਕੁਲ ਰੈਗੂਲਰ ਵੈਕੈਂਸੀਜ਼ ਨੇ ਮੈਂ ਕਿਸੇ ਤਰ੍ਹਾਂ ਦੀ ਕੋਈ ਟੈਂਪੋਰਰੀ ਜਾਂ ਫਿਰ ਜਿਹੜੀ ਐਡ ਹੌਕ ਬੇਸਿਸ ਤੇ ਹੁੰਦੀਆਂ ਨੇ ਉਹਦੇ ਬਾਰੇ ਵਿੱਚ ਗੱਲ ਨਹੀਂ ਕਰਨ ਜਾ ਰਿਹਾ ਸੋ ਇਸ ਦੇ ਵਿੱਚ ਵੈਕੈਂਸੀਜ਼ ਜਿਹੜੀਆਂ ਨੇ ਕਾਫੀ ਵਧੀਆ ਨੇ ਔਰ ਪੰਜਾਬ ਦੀ ਡੈਡੀਕੇਟਿਡ ਪੰਜਾਬ ਲੋਕੇਸ਼ਨ ਦੀ ਵੈਕੈਂਸੀਜ਼ ਨੇ ਸ ਇਹ ਸੈਲਰੀ ਕਿੰਨੀ ਹੋਏਗੀ ਤੇ ਕੌਣ ਕੌਣ ਐਲੀਜੀਬਲ ਹੈ ਪੂਰੀ ਜਾਣਕਾਰੀ ਮੈਂ ਅੱਜ ਦੀ ਇਸ ਵੀਡੀਓ ਜੇ ਦੇਣ ਜਾ ਰਹੇ ਹਾਂ ਸੋ ਵੀਡੀਓ ਨੂੰ ਪੂਰਾ ਦੇਖਦੇ ਹੋਏ ਲਾਈਕ ਵੀ ਕਰ ਦਿਓ ਤੇ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਵੀ ਕਰ ਦਿਓ ਫਸਟ ਟਾਈਮ ਚੈਨਲ ਤੇ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਹਰ ਇੱਕ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਹਾਨੂੰ ਟਾਈਮ ਸਟ ਤੁਸੀਂ ਉਹਦੇ ਲਈ ਅਪਲਾਈ ਵੀ ਕਰ ਪੋ। ਨਾਲ ਦੀ ਨਾਲ ਸਾਡੀ ਵੈਬਸਾਈਟ ਜੋ ਕਿ meetacademy.xyz ਹੈ ਤੁਸੀਂ ਉਸ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ। ਉਹਦੇ ਨਾਲ ਤੁਹਾਨੂੰ ਸਾਰੇ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦੇ ਰਹਿਣਗੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਉਗੇ। ਵੈਕੈਂਸੀਜ਼ ਦੀ ਗੱਲ ਕਰਾਂ ਹੋਰ ਕਈ ਵੈਕੈਂਸੀਜ਼ ਪੰਜਾਬ ਦੇ ਕੈਂਡੀਡੇਟ ਲਈ ਆਊਟ ਹੋ ਚੁੱਕੀਆਂ ਨੇ। ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂ ਜੀ। ਸਭ ਤੋਂ ਪਹਿਲਾਂ ਗੱਲ ਕਰਾਂ ਜੀ ਇਸ ਦੇ ਵਿੱਚ ਡੇਟ ਵਿੱਚ ਇੰਪੋਰਟੈਂਟ ਡੇਟ ਜਿਹੜੀਆਂ ਨੇ ਉਹ ਇਧਰ ਲਈ 올 ਇੰਡੀਆ ਕੈਂਡੀਡੇਟ ਐਲੀਜੀਬਲ ਨੇ ਤੇ ਅਪਲਾਈ ਕਰਨਾ ਜਿਹੜੇ ਜੀ ਉਹ 29 ਜੂਨ ਨੋਟੀਫਿਕੇਸ਼ਨ ਰਿਲੀਜ਼ ਹੋਇਆ ਸੀ ਤੇ 1 ਜੁਲਾਈ ਨੂੰ ਆਲਰੇਡੀ ਅਪਲਾਈ ਕਰਨਾ ਸਟਾਰਟ ਹੋ ਚੁੱਕਿਆ ਹੈ ਲਾਸਟ ਪੰਜਾਬ ਦੀ ਲੋਕੇਸ਼ਨ ਦੇ ਲਈ 21 ਜੁਲਾਈ 2022 ਲਾਸਟ ਡੇਟ ਐਪਲਾਈ ਕਰਨ ਦੇ ਲਈ ਔਰ ਇਸੇ ਦੇ ਨਾਲ ਇਹਦੇ ਵਿੱਚ ਐਗਜ਼ਾਮ ਅਤੇ ਮੇਨ ਜਿਹੜੀ ਹੋਣਗੇ ਉਹ ਅੱਗੇ ਉਹਨਾਂ ਨੇ ਮੈਂਸ਼ਨ ਕੀਤੇ ਹੋਏ ਨੇ ਜੀ ਨੈਕਸਟ ਅਗਰ ਗੱਲ ਕਰੀ ਇਸ ਦੇ ਵਿੱਚ ਤੁਹਾਡੀ ਜਿਹੜੀ ਐਪਲੀਕੇਸ਼ਨ ਫੀ ਹੈ ਜਨਰਲ OBC ਤੇ ਅਦਰਸ ਦੇ ਲਈ 850 ਰੁਪਏ ਹੈ SC ST PWD ਤੇ ਊਮਨ ਕੈਂਡੀਡੇਟਸ ਲਈ 175 ਰੁਪਏ ਜਿਹੜਾ ਜੀ ਉਹ ਰਹਿਣ ਵਾਲੀਆਂ ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਕਲਰਕ ਦੀਆਂ ਵੈਕੈਂਸੀਜ਼ ਜਿਹੜੀਆਂ ਨੇ ਜੀ ਪ੍ਰੋਪਰ ਆਊਟ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਔਰ ਜਿਸ ਦੇ ਵਿੱਚ ਏਜ ਲਿਮਿਟ ਦੀ ਅਗਰ ਅਸੀਂ ਗੱਲ ਕਰੀਏ 20 ਤੋਂ ਲੈ ਕੇ 28 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਤੇ ਅਪਲਾਈ ਇਹਦੇ ਵਿੱਚ ਕਰ ਸਕਦੇ ਨੇ ਚਲੋ ਨੈਕਸਟ ਅਗਰ ਗੱਲ ਕਰੀਏ ਇਸ ਦੇ ਵਿੱਚ ਤੁਹਾਡੀ ਕੁਆਲੀਫਿਕੇਸ਼ਨ ਕੀ ਚਾਹੀਦੀ ਹੋਏਗੀ ਇਹਦੇ ਲਈ ਸਾਰੀ ਪੋਸਟਾਂ ਦੇ ਲਈ ਬੈਚਲਰ ਡਿਗਰੀ ਤੁਸੀਂ ਕੀਤੀ ਹੋਈ ਕਿਸੇ ਵੀ ਡਿਸਪਲਨ ਦੇ ਵਿੱਚ ਕਿ ਰੈਕੋਗਨਾਈਜ਼ ਰੈਕੋਗਨਾਈਜ਼ ਯੂਨੀਵਰਸਿਟੀ ਦੇ ਬੋਰਡ ਤੋਂ ਤਾਂ ਤੁਸੀਂ ਇਹਦੇ ਲਈ ਅਪਲ ਕੀਤੀ ਜਾਂਦੀਆਂ ਨੇ ਮੈਂ ਗੱਲ ਕਰਾਂ ਤੇ ਜਿਹੜੀਆਂ 419 ਪੋਸਟਾਂ ਨੇ ਟੋਟਲ ਚੰਡੀਗੜ੍ਹ ਤੇ ਪੰਜਾਬ ਦੀਆਂ ਪੋਸਟਾਂ ਨੂੰ ਮਿਲਾ ਕੇ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਤੁਸੀਂ ਜਿਹਦੇ ਲਈ ਵੀ ਅਪਲਾਈ ਕਰ ਰਹੇ ਜਿਸ ਲੋਕੇਸ਼ਨ ਤੋਂ ਅਪਲਾਈ ਕਰ ਰਹੇ ਹੋ ਤਾਂ ਆਪਣੀ ਲੋਕੇਸ਼ਨ ਤੁਸੀਂ ਜ਼ਰੂਰ ਮੈਂਸ਼ਨ ਕਰਨੀ ਹੈ ਜੀ ਦੋ ਅਲੱਗ-ਅਲੱਗ ਨੋਟੀਫਿਕੇਸ਼ਨ ਜਿਹੜੇ ਨੇ ਉਹ ਹੋਣਗੇ ਚੰਡੀਗੜ੍ਹ ਦੀਆਂ ਅਲੱਗ ਪੋਸਟਾਂ ਨੇ ਔਰ ਇਹਦੇ ਨਾਲ ਹੀ ਪੰਜਾਬ ਦੀਆਂ ਅਲੱਗ ਨੇ 407 ਦੇ ਅਪ੍ਰੋਕਸ ਪੰਜਾਬ ਦੀਆਂ ਨੇ ਤੇ ਚੰਡੀਗੜ੍ਹ ਦੀਆਂ ਜਿਹੜੀਆਂ ਨੇ ਟੋਟਲ ਅਗਰ ਮੈਂ ਗੱਲ ਕਰਾਂ ਕਿ 12 ਪੋਸਟਾਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਇਹ ਵੈਕੈਂਸੀਜ਼ ਜਿਹੜੀਆਂ ਆਊਟ ਕੀਤੀ ਕੀਤੀ ਹੋਈ ਹੈ ਨੋਟੀਫਿਕੇਸ਼ਨ ਨੂੰ ਤੁਸੀਂ ਚੈੱਕ ਕਰਨ ਦੇ ਲਈ ਜਿਹੜਾ ਜੀ ਇੱਥੇ ਦੇਖ ਪਾ ਰਹੇ ਹੋ ਉੱਤੇ ਕਲਿੱਕ ਕਰ ਲੈਣਾ ਠੀਕ ਹੈ ਜੀ ਔਰ ਇਸੇ ਦੇ ਨਾਲ ਅਪਲਾਈ ਕਰਨ ਦੇ ਲਈ ਲਿੰਕ ਵੀ ਤੁਹਾਨੂੰ ਮੈਂ ਪ੍ਰੋਵਾਈਡ ਕਰ ਦਾਂਗਾ ਤੁਸੀਂ ਆਨਲਾਈਨ ਅਪਲਾਈ ਵੀ ਕਰ ਪਾਉਗੇ ਇਹਦੇ ਵਿੱਚ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਜੀ ਪ੍ਰੀ ਐਗਜ਼ਾਮ ਹੋਏਗਾ ਪਹਿਲਾਂ ਫਿਰ ਮੇਨਸ ਹੋਏਗਾ ਔਰ ਇੰਟਰਵਿਊ ਬੇਸਿਸ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਜਿੱਥੇ ਹੋਣ ਜਾ ਰਹੀ ਹੈ ਸੋ ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ ਆਈਬੀਪੀਐਸ ਵੱਲੋਂ ਆਊਟ ਕੀਤਾ ਗਿਆ ਹੈ ਜੋ ਕਿ ਇੰਸਟੀਚਿਊਟ ਆਫ ਪਰਸਨਲ ਸਿਲੈਕਸ਼ਨ ਰਿ ਅਰਿਜਨਲ ਰੂਰਲ ਬੈਂਕ ਆਈਬੀਪੀਐਸ ਵੱਲੋਂ ਪੰਜਾਬ ਦੇ ਕੈਂਡੀਡੇਟ ਲਈ ਪੰਜਾਬ ਹੀ ਰਹੇਗੀ ਔਰ ਉਹਦੇ ਲਈ ਪੰਜਾਬ ਵਾਲੇ ਕੈਂਡੀਡੇਟ ਐਲੀਜੀਬਲ ਹੋਣਗੇ ਜੀ ਸੋ ਤੁਸੀਂ ਜ਼ਰੂਰ ਇਹਦੇ ਲਈ ਅਪਲਾਈ ਕਰਨਾ ਮੈਂ ਤੁਹਾਡੇ ਲਈ ਇਸੇ ਤਰ੍ਹਾਂ ਨਵੇਂ ਨਵੇਂ ਵੈਕੈਂਸੀ ਜਿਹੜੀਆਂ ਨੇ ਉਹ ਲੈ ਕੇ ਆਂਦਾ ਹੀ ਰਵਾਂਗਾ ਸੋ ਤੁਸੀਂ ਜ਼ਰੂਰ ਜੁੜੇ ਰਹਿਣਾ ਸਾਡੇ ਨਾਲ ਸਾਰੇ ਹੀ ਜੋਬ ਰਿਲੇਟਡ ਅਪਡੇਟਸ ਸਭ ਤੋਂ ਪਹਿਲੋਂ ਲੈਣ ਦੇ ਲਈ ਸੋ ਨਵੇਂ ਅਪਡੇਟ ਦੇ ਨਾਲ ਮਿਲਾਂਗਾ ਜੀ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ